ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਪ੍ਰਸ਼ਨ ਕੀਤਾ ਗੁਰਸਿੱਖਾਂ ਨੇ, ਹੇ ਮਹਾਰਾਜ ਜੀ, ਹਿਰਦੇ ਦੇ ਅੰਦਰੋਂ ਆਸਾਂ ਦੀ ਭੁੱਖ ਕਿਵੇਂ ਜਾਵੇਗੀ? ਸਤਿਗੁਰੂ ਕਿਰਪਾ ਦੇ ਘਰ ਵਿੱਚ ਆ ਕਰਕੇ ਕਿਰਪਾਲੂ ਸਤਿਗੁਰੂ ਜੀ ਉੱਤਰ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਗੁਰ ਵਿਚਾਰ ਦੇ ਨਾਲ ਜੁੜ ਕਰਕੇ ਲਾਹੇ ਪ੍ਰਾਪਤ ਕਰੀਏ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨ ਜਾਏ। ਹੇ ਗੁਰਸਿੱਖੋ, ਸਤਿਗੁਰੂ ਸੱਚੇ ਗੁਰਾਂ ਦੇ ਨਾਲ ਮਿਲਣ ਕਰਕੇ ਆਸਾ ਤ੍ਰਿਸ਼ਨਾ ਦੀ ਸਾਰੀ ਭੁੱਖ ਚਲੀ ਜਾਂਦੀ ਹੈ, ਪਰ ਭੇਖੀਆਂ ਦੀ ਭੇਖ ਧਾਰਨ ਨਾਲ ਇਹ ਭੁੱਖ ਨਹੀਂ ਜਾਂਦੀ। ਦੁੱਖ ਲੱਗੈ ਘਰ ਘਰ ਫਿਰੈ, ਅੱਗੇ ਦੂਣੀ ਮਿਲੈ ਸਜਾਏ। ਉਹਨਾਂ ਭੇਖੀਆਂ ਨੂੰ ਇੱਥੇ ਸੰਸਾਰ ਵਿੱਚ ਆਸਾ ਤ੍ਰਿਸ਼ਨਾ ਦੀ ਭੁੱਖ ਕਰਕੇ ਦੁੱਖ ਲੱਗਦਾ ਹੈ ਅਤੇ ਇਸ ਦੀ ਪੂਰਤੀ ਲਈ ਘਰਾਂ ਘਰਾਂ ਵਿੱਚ ਫਿਰਦੇ ਹਨ। ਜੰਮਣ ਮਰਨ ਦਾ ਦੁੱਖ ਲੱਗਾ ਰਹਿੰਦਾ ਹੈ ਅਤੇ ਘਰ ਘਰ ਭਾਵ ਜੂਨਾ ਜੂਨਾ ਵਿੱਚ ਤੁਰੇ ਫਿਰਦੇ ਹਨ। ਫਿਰ ਅੱਗੇ ਕਹੀਏ ਪਰਲੋਕ ਵਿੱਚ ਜਾ ਕੇ ਇਸ ਤੋਂ ਵੀ ਦੁੱਗਣੀ ਸਜ਼ਾ ਮਿਲਦੀ ਹੈ। ਅੰਦਰ ਸਹਿਜ ਨਾ ਆਇਓ, ਸਹਿਜੇ ਹੀ ਲੈ ਖਾਏ। ਉਹਨਾਂ ਦੇ ਅੰਦਰ ਹਿਰਦੇ ਵਿੱਚ ਸ਼ਾਂਤੀ ਨਹੀਂ ਆਉਂਦੀ। ਜੇਕਰ ਸ਼ਾਂਤੀ ਆ ਜਾਂਦੀ ਤਾਂ ਸੁੱਤੇ ਸਿੱਧ ਹੀ ਜੋ ਮਿਲ ਜਾਂਦਾ ਉਸ ਨੂੰ ਲੈ ਕੇ ਸੰਤੋਖ ਨਾਲ ਖਾਂਦੇ ਆ। ਜੈਸਾ ਕਿ ਕਬੀਰ, ਸਾਧੂ ਕੀ ਸੰਗਤ ਰਹੋ, ਜਉ ਕੀ ਭੂਸੀ ਖਾਓ, ਹੋਨਹਾਰ ਸੋ ਹੋਏ ਹੈ, ਸਾਕਤ ਸੰਗ ਨ ਜਾਓ। ਮਨ ਹੱਠ ਜਿਸ ਤੇ ਮੰਗਣਾ, ਲੈਣਾ ਦੁੱਖ ਮਨਾਏ। ਪਰ ਜੋ ਸ਼ਾਂਤੀ ਤੋਂ ਉਲਟ ਮਨ ਦੀ ਹੱਠ ਜਿੱਦ ਨਾਲ ਜਿਸ ਤੋਂ ਮੰਗਣਾ ਹੈ, ਇਹ ਤਾਂ ਦੁੱਖ ਮਨਾ ਕੇ ਹੀ ਲੈਣਾ ਹੁੰਦਾ। ਕਿਸੇ ਦੇ ਘਰ ਜਾ ਕੇ ਮੂੰਹ ਮੰਗਿਆ ਦਾਨ ਲੈਣਾ ਕਿ ਜੇਕਰ ਇੰਨੇ ਪੈਸੇ ਜਾਂ ਇਹ ਪਦਾਰਥ ਦੇਵੋਗੇ ਤਾਂ ਅਸੀਂ ਜਾਣਾ ਹੈ, ਅਤੇ ਅੱਗੋਂ ਦੇਣ ਵਾਲਿਆਂ ਦੀ ਇੰਨੀ ਸਮਰੱਥਾ ਨਾ ਹੋਣੀ, ਪਰ ਫਿਰ ਵੀ ਇਹਨਾਂ ਦੀ ਭੇਖ ਦਾ ਭੈ ਕਰਕੇ ਦੁਖੀ ਹੋ ਕੇ ਦਾਨ ਦੇਣ। ਇਉਂ ਇਹ ਮਨ ਦੇ ਹੱਠ ਨਾਲ ਦੁੱਖ ਮਨਾ ਕੇ ਦਾਨ ਲੈਂਦੇ ਹਨ। ਇਸ ਭੇਖੈ ਥਾਵੋ ਗਿਰਹੋ ਭਲਾ, ਜਿੱਥੋ ਕੋ ਵਰਸਾਏ। ਇਹ ਭੇਖ ਦੇ ਥਾਵੋ ਹੁੰਦਾ ਨਾਲੋਂ ਤਾਂ ਗ੍ਰਿਸਤੀ ਭਲਾ ਚੰਗਾ ਹੈ। ਜਿਸ ਥਾਂ ਤੋਂ ਕੋਈ ਵਰਸਾਏ ਲਾਭ ਤਾਂ ਪ੍ਰਾਪਤ ਕਰਦਾ, ਭਾਵ ਗ੍ਰਿਸਤੀ ਆਪ ਕਮਾ ਕੇ ਅੰਨ ਪਾਣੀ ਖਾਂਦਾ ਅਤੇ ਲੋੜਵੰਦ ਨੂੰ ਕਮਾਈ ਵਿੱਚੋਂ ਦਾਨ ਕਰਦਾ ਹੈ। ਸ਼ਬਦ ਰੱਤੇ ਤਿਨਾ ਸੋਝੀ ਪਈ, ਦੂਜੈ ਭਰਮ ਭੁਲਾਏ। ਜੋ ਪੁਰਸ਼ ਸਤਿਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਰੰਗੇ ਹਨ ਉਹਨਾਂ ਨੂੰ ਪਰਮਾਰਥ ਸਰੂਪ ਦੀ ਸੋਝੀ ਸਮਝ ਪੈਂਦੀ ਹੈ ਅਤੇ ਦੂਸਰੇ ਬੇਮੁੱਖ ਦੁਐਤ ਭਾਵ ਵਿੱਚ ਲੱਗ ਕੇ ਭਰਮ ਦੇ ਭੁਲਾਏ ਹੋਏ ਹਨ, ਭਰਮ ਕਰਕੇ ਭੁੱਲਣ ਵਿੱਚ ਆ ਰਹੇ ਹਨ। ਪਏ ਕਿਰਤ ਕਮਾਵਣਾ, ਕਹਿਣਾ ਕਛੂ ਨ ਜਾਏ। ਜੋ ਉਹਨਾਂ ਦੀ ਕਰਨੀ ਅਨੁਸਾਰ ਉਹਨਾਂ ਦੇ ਮਸਤਕ ਉੱਪਰ ਲੇਖ ਪਿਆ ਹੋਇਆ ਉਸੇ ਅਨੁਸਾਰ ਕਿਰਤ ਕਰਮਾਂ ਨੂੰ ਕਮਾਉਣਾ ਕਰਦੇ ਆ। ਨਾਨਕ ਜੋ ਤਿਸ ਭਾਵੈ ਸੇ ਭਲੇ, ਜਿਨ ਕੀ ਪਤ ਪਾਵੈ ਥਾਏ।
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦੀ ਪਤ ਇੱਜ਼ਤ ਪ੍ਰਤਿਸ਼ਠਾ ਨੂੰ ਪਰਮੇਸ਼ਰ ਥਾਂ ਪਾਉਂਦਾ ਹੈ ਅਤੇ ਜਿਹੜੇ ਉਸ ਨੂੰ ਪਾ ਜਾਂਦੇ ਆ ਉਹ ਗੁਰਮੁਖ ਜਨ ਭਲੇ ਚੰਗੇ ਹਨ। ਮਹੱਲਾ ਤੀਜਾ, ਸਤਿਗੁਰ ਸੇਵਿਆ ਸਦਾ ਸੁਖ, ਜਨਮ ਮਰਨ ਦੁੱਖ ਜਾਏ। ਹੇ ਭਾਈ, ਸਤਿਗੁਰਾਂ ਦੀ ਸੇਵਾ ਕਰਨ ਨਾਲ ਸਦੀਵੀ ਸੁੱਖ ਪ੍ਰਾਪਤ ਹੋ ਜਾਂਦਾ ਅਤੇ ਜਨਮ ਮਰਨ ਦਾ ਦੁੱਖ ਕਸ਼ਟ ਚਲਿਆ ਜਾਂਦਾ। ਚਿੰਤਾ ਮੂਲ ਨਾ ਹੋਵਈ, ਅਚਿੰਤ ਵਸੈ ਮਨ ਆਏ। ਉਹਨਾਂ ਸੇਵਾ ਕਰਨ ਵਾਲਿਆਂ ਨੂੰ ਮੂਲ ਉੱਕਾ ਹੀ ਚਿੰਤਾ ਨਹੀਂ ਹੁੰਦੀ ਅਤੇ ਚਿੰਤਾ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਉਹਨਾਂ ਦੇ ਮਨ ਹਿਰਦੇ ਵਿੱਚ ਆ ਕਰਕੇ ਵਸ ਜਾਂਦਾ ਹੈ। ਅੰਤਰ ਤੀਰਥ ਗਿਆਨ ਹੈ, ਸਤਿਗੁਰ ਦੀਆ ਬੁਝਾਏ। ਉਹਨਾਂ ਦੇ ਅੰਦਰ ਹਿਰਦੇ ਵਿੱਚ ਗਿਆਨ ਰੂਪੀ ਤੀਰਥ ਹੈ। ਇਹ ਗਿਆਨ ਜਾਣਨਾ ਕਰੋ ਕਿ ਪਰਮੇਸ਼ਰ ਰੂਪੀ ਤੀਰਥ ਉਹਨਾਂ ਦੇ ਅੰਦਰ ਹੈ। ਇਹ ਸਤਿਗੁਰਾਂ ਨੇ ਉਪਦੇਸ਼ ਦੁਆਰਾ ਬੁਝਾਏ ਕਹੀਏ ਸਮਝਾ ਦੇਣਾ ਕੀਤਾ ਹੈ। ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤ ਸਾਰ ਤੀਰਥ ਨਹਾਏ। ਉਪਰੋਕਤ ਕਹੇ ਹਰੀ ਰੂਪੀ ਤੀਰਥ ਦੇ ਅੰਮ੍ਰਿਤ ਨਾਮ ਰੂਪੀ ਸਰ ਸਰੋਵਰ ਵਿੱਚ ਨਹਾਉਣ ਕਰਕੇ ਉਹਨਾਂ ਦੀ ਪਾਪਾਂ ਅਵਿੱਦਿਆ ਆਦਿ ਦੀ ਮਹਿਲੀਨਤਾਈ ਚਲੀ ਗਈ ਹੈ, ਹਿਰਦਾ ਨਿਰਮਲ ਸ਼ੁੱਧ ਹੋਇਆ ਹੈ। ਸਤਿਗੁਰੂ ਜੀ ਅੰਮ੍ਰਿਤ ਦੇ ਸਰੋਵਰ ਹਨ, ਉਹਨਾਂ ਵਿੱਚ ਭਾਵਨਾ ਧਾਰ ਕੇ ਜੋ ਉਪਦੇਸ਼ ਲੈਣਾ ਹੈ ਇਹ ਤੀਰਥ ਉੱਪਰ ਇਸ਼ਨਾਨ ਕਰਨਾ ਹੈ। ਇਸ ਨਾਲ ਹਉਮੈ ਆਦਿ ਦੀ ਮੈਲ ਨਿਵਿਰਤ ਹੋ ਜਾਂਦੀ ਹੈ ਅਤੇ ਮਨ ਉੱਜਲ ਹੋ ਜਾਂਦਾ। ਸੱਜਣ ਮਿਲੇ ਸੱਜਣਾ, ਸੱਚੈ ਸ਼ਬਦ ਸੁਭਾਏ। ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਸੁਭਾਏ ਪ੍ਰੇਮ ਕਰਕੇ ਸੱਜਣ ਭਰੇ ਪੁਰਖ ਭਾਵ ਅਧਿਕਾਰੀ ਜਨ ਸੱਜਣਾ ਮਿੱਤਰ ਰੂਪ ਪਰਮੇਸ਼ਰ ਨੂੰ ਮਿਲੇ ਆ। ਘਰ ਹੀ ਪਰਚਾ ਪਾਇਆ, ਜੋਤੀ ਜੋਤ ਮਿਲਾਏ। ਜਿਨ੍ਹਾਂ ਨੇ ਘਰ ਹਿਰਦੇ ਵਿੱਚ ਗ੍ਰਿਸਤ ਵਿੱਚ ਰਹਿੰਦਿਆਂ ਪ੍ਰੇਮ ਗੁਰ ਉਪਦੇਸ਼ ਦਾ ਪਰਚਾ ਪਾ ਲਿਆ ਹੈ, ਪਰਚਾ ਗਿਆਨ ਪ੍ਰਾਪਤ ਕਰ ਲਿਆ ਹੈ, ਉਹਨਾਂ ਦੀ ਪਰਤਕ ਜੋਤ ਭਿੰਨ ਭਿੰਨ ਦੇਹਾਂ ਨੂੰ ਪ੍ਰਕਾਸ਼ਨ ਵਾਲੀ ਨੂੰ ਗੁਰਾਂ ਨੇ ਜੋਤੀ ਪ੍ਰਕਾਸ਼ ਰੂਪ ਵਿੱਚ ਮਿਲਾ ਦਿੱਤਾ ਹੈ। ਪਾਖੰਡ ਜਮਕਾਲ ਨਾ ਛੋਡਈ, ਲੈ ਜਾਸੀ ਪਤ ਗਵਾਏ। ਪਰ ਪਖੰਡ ਦੰਭ ਕਰਨ ਵਾਲਿਆਂ ਨੂੰ ਜਮਕਾਲ ਕਾਲ ਕਰਨ ਵਾਲਾ ਜਮਦੂਤ ਨਹੀਂ ਛੱਡਦਾ, ਭਾਵ ਉਹ ਛੱਡਦਾ ਨਹੀਂ, ਸਗੋਂ ਉਹਨਾਂ ਦੀ ਪਤ ਇੱਜ਼ਤ ਪ੍ਰਤਿਸ਼ਠਾ ਗੁਆ ਕਰਕੇ ਨਰਕਾਂ ਨੂੰ ਲੈ ਜਾਂਦਾ ਹੈ। ਨਾਨਕ ਨਾਮ ਰੱਤੇ ਸੇ ਉਭਰੇ, ਸੱਚੇ ਸਿਉ ਲਿਵਲਾਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਸੱਚੇ ਪਰਮੇਸ਼ਰ ਦੇ ਨਾਲ ਆਪਣੀ ਲਿਵ ਬਿਰਤੀ ਲਾ ਕੇ ਨਾਮ ਵਿੱਚ ਰੰਗੇ ਰਹਿੰਦੇ ਉਹ ਕਾਲ ਤੋਂ ਉਭਰੇ ਬਚੇ ਆ। ਪੌੜੀ ਤਿਤ ਜਾਏ ਬਹੁ ਸਤਸੰਗਤੀ, ਜਿੱਥੈ ਹਰ ਕਾ ਹਰ ਨਾਮ ਬਿਲੋਈਐ। ਹੇ ਭਾਈ, ਉਸ ਸਤ ਸਰੂਪ ਦੀ ਭਲੀ ਪ੍ਰਕਾਰ ਪ੍ਰਾਪਤੀ ਕਰਾਉਣ ਵਾਲੀ ਸਤਸੰਗਤ ਵਿੱਚ ਜਾ ਕੇ ਬੈਠਣਾ ਕਰੋ, ਜਿਸ ਥਾਂ ਪਰਮੇਸ਼ਰ ਦਾ ਹਰੀ ਨਾਮ ਬਿਲੋਈਐ ਰਿੜਕੀ ਦਾ ਵਿਚਾਰੀ ਦਾ ਹੈ। ਸਹਿਜੇ ਹੀ ਹਰ ਨਾਮ ਲੇਹ, ਹਰ ਤੱਤ ਨਾ ਖੋਈਐ। ਉੱਥੇ ਸਹਿਜੇ ਸੁਭਾਵਕ ਹੀ ਮਨ ਨੂੰ ਇਕਾਗਰ ਕਰਕੇ ਹਰੀ ਦਾ ਨਾਮ ਲੈਣਾ ਜਪਣਾ ਕਰੋ, ਜਿਸ ਕਰਕੇ ਹਰੀ ਰੂਪ ਤੱਤ ਮੱਖਣ
ਨਾ ਖੋਈਏ ਗਵਾਹ ਨਾ ਲਈਏ। ਅਰਥਾਤ ਜਿਵੇਂ ਮਾਈਆਂ ਦਹੀਂ ਰਿੜ ਕੇ ਮੱਖਣ ਕੱਢਦੀਆਂ, ਕਈ ਤਾਂ ਦਹੀਂ ਵਿੱਚ ਕੁਝ ਗਰਮ ਪਾਣੀ ਪਾ ਦਿੰਦੀਆਂ, ਜਿਸ ਕਰਕੇ ਗਰਮ ਗਰਮ ਰਿੜਕਿਆ ਹੋਇਆ ਤੇਲੀਆ ਹੋ ਕੇ ਵਿੱਚੇ ਰਲ ਜਾਂਦਾ, ਮੱਖਣ ਨਹੀਂ ਨਿਕਲਦਾ। ਜੋ ਬਰਾਬਰ ਦਾ ਕਰਕੇ ਸਹਿ ਸੁਭਾਅ ਨਾਲ ਰਿੜਕਦੀਆਂ, ਉਹ ਮੱਖਣ ਪ੍ਰਾਪਤ ਕਰਦੀਆਂ ਹਨ। ਨਿਤ ਜਪਿਓ ਹਰ ਹਰ ਦਿਨ ਸ ਰਾਤ, ਹਰ ਦਰਗਹਿ ਢੋਈਐ। ਇਸ ਕਰਕੇ ਦਿਨ ਰਾਤ ਵਿੱਚ ਨਿਤਾ ਪ੍ਰਤੀ ਹੀ ਹਰੇ ਭਰੇ ਕਰਨ ਵਾਲੇ ਹਰੀ ਦੇ ਨਾਮ ਨੂੰ ਜਪਣਾ ਕਰੋ, ਫਿਰ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਚੜ ਜਾਵੇਗਾ ਅਤੇ ਹਰੀ ਵਾਹਿਗੁਰੂ ਜੀ ਦੀ ਨਿਆਇ ਸਭਾ ਸੱਚਖੰਡ ਵਿੱਚ ਢੋਈ ਓਟ ਮਿਲੇਗੀ। ਢੋਈਐ ਭਾਵ ਆਸਰਾ ਮਿਲੇਗਾ। ਸੋ ਪਾਏ ਪੂਰਾ ਸਤਿਗੁਰੂ, ਜਿਸ ਧੁਰ ਮਸਤਕ ਲਿਲਾਟ ਲਿਖੋਈਐ। ਪਰੰਤੂ ਐਸੀ ਸਤਸੰਗਤ ਵਾਲਾ ਪੂਰਨ ਸਤਿਗੁਰੂ ਉਹ ਹੀ ਪਾ ਸਕਦਾ ਜਿਸ ਦੇ ਲਿਲਾਟ ਮੱਥੇ ਉੱਪਰ ਆਦਿ ਤੋਂ ਹੀ ਮੁਖੀ ਸ਼੍ਰੋਮਣੀ ਪਰਮੇਸ਼ਰ ਨੇ ਚੰਗੇ ਲੇਖ ਲਿਖਣਾ ਕੀਤੇ ਆ। ਤਿਸ ਗੁਰ ਕਉ ਸਭ ਨਮਸਕਾਰ ਕਰੋ, ਜਿਨ ਹਰ ਕੀ ਹਰ ਗਾਲ ਗਲੋਈਐ। ਉਸ ਗੁਰੂ ਨੂੰ ਸਾਰੇ ਹੀ ਨਮਸਕਾਰ ਵੰਦਨਾ ਕਰੋ, ਜਿਸ ਗੁਰਾਂ ਨੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਰੂਪ ਗੱਲ ਨੂੰ ਗਲੋਈਐ ਭਾਵ ਕਥਨ ਕੀਤਾ ਹੈ। ਸਲੋਕ ਮਹੱਲਾ ਤੀਜਾ। ਫਿਰ ਪ੍ਰਸ਼ਨ, ਹੈ ਮਹਾਰਾਜ ਜੀ, ਸੱਜਣ ਕੌਣ ਹੁੰਦੇ ਆ? ਗੁਰਉੱਤਰ, ਬਖਸ਼ਿਸ਼ ਕਰਦੇ ਹਨ। ਸੱਜਣ ਮਿਲੇ ਸੱਜਣਾ, ਜਿਨ ਸਤਿਗੁਰ ਨਾਲ ਪਿਆਰ। ਹੇ ਭਾਈ, ਜਿਨ੍ਹਾਂ ਦਾ ਸਤਿਗੁਰਾਂ ਦੇ ਨਾਲ ਪਿਆਰ ਪ੍ਰੇਮ ਹੈ, ਜੋ ਸੱਜਣਾ ਮਿੱਤਰ ਵਾਹਿਗੁਰੂ ਨੂੰ ਮਿਲੇ ਆ, ਉਹੀ ਅਸਲ ਵਿੱਚ ਸੱਜਣ ਭਲੇ ਪੁਰਸ਼ ਹਨ। ਮਿਲ ਪ੍ਰੀਤਮ ਤਿਨੀ ਧਿਆਇਆ, ਸੱਚੈ ਪ੍ਰੇਮ ਪਿਆਰ। ਉਹਨਾਂ ਨੇ ਪਰਮ ਪ੍ਰੇਮ ਦੇ ਅਸਪਦ ਰੂਪ ਪ੍ਰੀਤਮ ਪਿਆਰੇ ਸਤਿਗੁਰਾਂ ਨਾਲ ਮਿਲ ਕੇ ਉਸ ਵਾਹਿਗੁਰੂ ਨੂੰ ਧਿਆਉਣਾ ਕੀਤਾ ਹੈ ਅਤੇ ਸੱਚੇ ਨਾਮ ਵਿੱਚ ਮਨ ਬਾਣੀ ਸਰੀਰ ਕਰਕੇ ਪ੍ਰੇਮ ਪਿਆਰ ਕਰਦੇ ਹਨ। ਮਨ ਵੀ ਸੱਚੇ ਦੇ ਪ੍ਰੇਮ ਵਿੱਚ ਰੰਗਿਆ ਹੈ ਅਤੇ ਬੁੱਧ ਵੀ ਸੱਚੇ ਦੇ ਪਿਆਰ ਵਿੱਚ ਰੰਗੀ ਹੈ। ਮਨ ਹੀ ਤੇ ਮਨ ਮਾਨਿਆ, ਗੁਰ ਕੈ ਸ਼ਬਦ ਅਪਾਰ। ਸਤਿਗੁਰਾਂ ਦੇ ਅਪਾਰ ਪਾਰਾਵਾਰ ਤੋਂ ਰਹਿਤ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਉਹਨਾਂ ਦਾ ਅਸ਼ੁੱਧ ਮਨ ਸ਼ੁੱਧ ਮਨ ਦੀ ਹੀ ਸਿੱਖਿਆ ਧਾਰ ਕੇ ਮੰਨ ਗਿਆ ਹੈ। ਗੁਰਾਂ ਦੇ ਮਨ ਕਹੀਏ ਮੰਤਰ ਕਰਕੇ ਸ਼੍ਰੋਮਣੀ ਪਰਮੇਸ਼ਰ ਵਿੱਚ ਮਨ ਮੰਨ ਗਿਆ ਹੈ। ਇਹ ਸੱਜਣ ਮਿਲੇ ਨਾ ਵਿਛੜ ਹੈ, ਜੇ ਆਪ ਮੇਲੇ ਕਰਤਾਰ। ਇਹੋ ਜਿਹੇ ਸੱਜਣ ਭਲੇ ਪੁਰਸ਼ ਵਾਹਿਗੁਰੂ ਨਾਲ ਮਿਲੇ ਹੋਏ ਕਦੇ ਵੀ ਵਿਛੜਦੇ ਨਹੀਂ, ਜਿਹੜੇ ਕਰਤਾਰ ਕਰਤਾ ਪੁਰਖ ਰਚਣਹਾਰ ਪ੍ਰਭੂ ਨੇ ਆਪ ਆਪਣੇ ਨਾਲ ਆਪਣੇ ਸਰੂਪ ਵਿੱਚ ਮੇਲੇ ਹਨ। ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਕਰਹਿ ਵਿਚਾਰ। ਇੱਕ ਵਿਛੜੇ ਹੋਏ ਬੇਮੁਖ ਪੁਰਸ਼ਾਂ ਨੂੰ ਸਤਿਗੁਰਾਂ ਦੇ ਦਰਸ਼ਨ ਦੀਦਾਰਾਂ ਦੀ ਪ੍ਰਤੀਤੀ ਨਹੀਂ ਆਉਂਦੀ ਅਤੇ ਗੁਰਾਂ ਦੇ ਉਪਦੇਸ਼ ਦੀ ਵਿਚਾਰ ਨਹੀਂ ਕਰਦੇ। ਵਿਛੜਿਆ ਕਾ ਕਿਆ ਵਿਛੜੈ, ਜਿਨ੍ਹਾਂ ਦੂਜੈ ਪਾਏ ਪਿਆਰ। ਪ੍ਰਭੂ ਨਾਲੋਂ ਵਿਛੜੇ ਹੋਇਆਂ ਦਾ ਹੋਰ ਕੀ ਵਿਛੜਨਾ ਹੈ? ਜੋ ਪਰਮੇਸ਼ਰ ਨਾਲੋਂ ਵਿਛੜੇ ਹੋਏ ਹਨ ਉਹਨਾਂ ਦਾ ਕੀ ਕਰਨਾ ਚਾਹੀਦਾ? ਭਾਵ ਉਹਨਾਂ ਨਾਲੋਂ ਤਾਂ ਵਿਛੜ ਜਾਣਾ ਚਾਹੀਦਾ ਜਿਨ੍ਹਾਂ ਦਾ ਦੂਜੈ ਭਾਵ ਦਵੈਤ ਵਿੱਚ ਪਿਆਰ ਹੈ। ਮਨਮੁੱਖ ਸੇਤੀ ਦੋਸਤੀ, ਥੋੜੜਿਆ ਦਿਨ ਚਾਰ।
ਬੇਮੁਖ ਪੁਰਸ਼ਾਂ ਦੇ ਨਾਲ ਦੋਸਤੀ ਮਿੱਤਰਤਾ ਥੋੜ੍ਹੇ ਜਿਹੇ ਭਾਵ ਚਾਰ ਕੁ ਦਿਨਾਂ ਦੀ ਨਿਭਦੀ ਹੈ। ਪਾਤਸ਼ਾਹ ਫਰਮਾਉਂਦੇ ਰਾਮਕਲੀ ਰਾਗ ਵਿੱਚ, ਰਾਮਕਲੀ ਕੀ ਵਾਰ ਵਿੱਚ, ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ ਇਤ ਦੋਸਤੀ ਚੱਲਣ ਵਿਕਾਰ। ਮਨਮੁੱਖਾਂ ਦੀ ਇਸ ਪ੍ਰੀਤੀ ਲਗਨ ਦੋਸਤੀ ਟੁੱਟਦਿਆਂ ਵਿਲਮ ਹੁੰਦਾ, ਦੇਰੀ ਨਹੀਂ ਹੁੰਦੀ, ਪੱਕੀ ਮਿੱਤਰਤਾ ਨਹੀਂ ਹੈ। ਇਸ ਦੋਸਤੀ ਮਿੱਤਰਤਾ ਕਰਕੇ ਕਾਮ ਕ੍ਰੋਧ ਆਦਿ ਵਿਕਾਰਾਂ ਵਾਲੇ ਰਸਤੇ 'ਤੇ ਹੀ ਚੱਲਣਾ ਹੁੰਦਾ ਹੈ ਅਤੇ ਇਹਨਾਂ ਕਰਕੇ ਵਿਕਾਰ ਖੋਟੀਆਂ ਕਾਰਾਂ ਵਿੱਚ ਚੱਲਣ ਲੱਗ ਜਾਈਦਾ। ਜੇ ਕਿਸੇ ਨਸ਼ਈ ਜਾਂ ਸ਼ਰਾਬੀ ਆਦਿ ਪੁਰਸ਼ਾਂ ਨਾਲ ਦੋਸਤੀ ਕਰੀਏ ਤਾਂ ਉਹ ਮੱਲੋ ਮੱਲੀ ਸ਼ਰਾਬ ਨੂੰ ਮੂੰਹ ਤੱਕ ਲਾਉਣ ਲਈ ਜਾਂਦੇ ਆ। ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ ਨਾਮ ਨਾ ਕਰੈ ਪਿਆਰ, ਜਿਨ੍ਹਾਂ ਪੁਰਸ਼ਾਂ ਦੇ ਹਿਰਦੇ ਵਿੱਚ ਸਤਿਸਰੂਪ ਪਰਮੇਸ਼ਰ ਦਾ ਭਉ ਪ੍ਰੇਮ ਨਹੀਂ ਹੈ ਅਤੇ ਉਸਦੇ ਨਾਮ ਨਾਲ ਪਿਆਰ ਪ੍ਰੇਮ ਨਹੀਂ ਕਰਦੇ। ਨਾਨਕ ਤਿੰਨ ਸਿਓ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਮਨਮੁੱਖ ਪੁਰਸ਼ਾਂ ਦੇ ਨਾਲ ਕੀ ਦੋਸਤੀ ਮਿੱਤਰਤਾ ਕਰੀਏ ਜਿਹੜੇ ਕਰਤਾਰ ਰਚਨਹਾਰ ਪ੍ਰਭੂ ਨੇ ਆਪ ਹੀ ਆਪਣੇ ਸਰੂਪ ਵੱਲੋਂ ਭੁਲਾ ਦਿੱਤੇ ਹਨ। ਤਿੰਨ ਪ੍ਰਭ ਆਪ ਭੁਲਾਇਆ, ਨਾ ਤਿਸ ਜਾਤ ਨਾ ਪਤ। ਮਹੱਲਾ ਤੀਜਾ। ਇੱਕ ਸਦਾ ਇੱਕ ਤੈ ਰੰਗ ਰਹਿ ਹੈ, ਤਿੰਨ ਕਹਿ ਹੋ ਸਦ ਬਲਹਾਰੈ ਜਾਓ। ਇੱਕ ਗੁਰਮੁਖ ਪੁਰਸ਼ ਹਮੇਸ਼ਾ ਹੀ ਇੱਕ ਤੈ ਹੁੰਦਾ, ਅਦੁੱਤੀ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਆ। ਉਹਨਾਂ ਭਲੇ ਪੁਰਸ਼ਾਂ ਦੇ ਉੱਪਰੋਂ ਮੈਂ ਸਦ ਸਦੀਵ ਕਾਲ ਸੈਂਕੜੇ ਵਾਰ ਹੀ ਬਲਹਾਰੈ ਕੁਰਬਾਨ ਜਾਂਦਾ ਹਾਂ। ਤਨ ਮਨ ਧਨ ਅਰਪੀ ਤਿੰਨ ਕਉ, ਨਿਵ ਨਿਵ ਲਾਗੋ ਪਾਏ। ਮੈਂ ਆਪਣਾ ਤਨ ਸਰੀਰ ਸੇਵਾ ਵਿੱਚ, ਮਨ ਦੀ ਮਨੌਤ ਅਤੇ ਦੌਲਤ ਟਹਿਲ ਵਿੱਚ ਲਾਉਣ ਰੂਪ ਉਹਨਾਂ ਤਾਈਂ ਅਰਪਣ ਕਰਦਾ ਹਾਂ ਅਤੇ ਨਿਵ ਨਿਵ ਝੁੱਕ ਝੁੱਕ ਕੇ ਉਹਨਾਂ ਦੇ ਚਰਨੀ ਪਾਏ ਲੱਗਦਾ ਹਾਂ। ਤਿੰਨ ਮਿਲਿਆ ਮਨ ਸੰਤੋਖੀ ਹੈ, ਤ੍ਰਿਸ਼ਨਾ ਭੁੱਖ ਸਭ ਜਾਏ। ਉਹਨਾਂ ਗੁਰਮੁੱਖਾਂ ਦੇ ਨਾਲ ਮਿਲਣ ਕਰਕੇ ਮਨ ਸੰਤੋਖ ਦੇ ਸਹਿਤ ਸੰਤੁਸ਼ਟ ਹੋ ਜਾਂਦਾ ਹੈ ਅਤੇ ਰਸਾਂ ਕਸਾਂ ਦੀ ਤ੍ਰਿਸ਼ਨਾ ਅਤੇ ਪਦਾਰਥਾਂ ਦੇ ਜੋੜਨ ਦੀ ਭੁੱਖ ਸਾਰੀ ਚਲੀ ਜਾਂਦੀ ਹੈ। ਨਾਨਕ ਨਾਮ ਰੱਤੇ ਸੁਖੀਏ ਸਦਾ, ਸੱਚੇ ਸਿਉ ਲਿਵ ਲਾਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਜਿਹੇ ਗੁਰਮੁਖ ਸਤਿ ਸਰੂਪ ਦੇ ਨਾਲ ਆਪਣੀ ਲਿਵ ਬਿਰਤੀ ਨੂੰ ਲਾ ਕੇ ਅਤੇ ਨਾਮ ਵਿੱਚ ਰੰਗੇ ਹੋਣ ਕਰਕੇ ਹਮੇਸ਼ਾ ਸੁਖੀ ਰਹਿੰਦੇ ਆ। ਪੌੜੀ ਤਿਸ ਗੁਰ ਕੋ ਹਉ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਹੇ ਭਾਈ, ਉਸ ਗੁਰੂ ਨੂੰ ਮੈਂ ਵਾਰਿਆ ਕੁਰਬਾਨ ਜਾਂਦਾ ਹਾਂ ਜਿਸ ਗੁਰਾਂ ਨੇ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਹਰੀ ਸਰੂਪ ਦੀ ਸਰੂਪ ਲੱਖਣਾ ਅਤੇ ਤਟਸਥੀ ਲੱਖਣਾ ਵਾਲੀ ਕਥਾ ਸਰਵਣ ਕਰਾਈ ਹੈ। ਤਿਸ ਗੁਰ ਕੋ ਸਦ ਬਲਹਾਰੜੈ, ਜਿਨ ਹਰ ਸੇਵਾ ਬਣਤ ਬਣਾਈ। ਉਸ ਗੁਰੂ ਨੂੰ ਹਮੇਸ਼ਾ ਸੈਂਕੜੇ ਵਾਰ ਬਲਹਾਰ ਜਾਂਦਾ ਹਾਂ ਜਿਸ ਗੁਰਾਂ ਨੇ ਹਰੀ ਦੀ ਭਗਤੀ ਰੂਪੀ ਸੇਵਾ ਟਹਿਲ ਦੀ ਬਣਾਵਟ ਬਣਾਉਣਾ ਕੀਤੀ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ,
ਜਿੱਥੈ ਕਿੱਥੈ ਮੈਨੂੰ ਲਏ ਛਡਾਈ। ਉਹ ਸਤਿਗੁਰੂ ਪਿਆਰਾ ਮੇਰੇ ਸਦਾ ਹੀ ਨਾਲ ਅੰਗ ਸੰਗ ਹੈ, ਜੋ ਜਿੱਥੇ ਕਿੱਥੇ ਵੀ ਭਾਵ ਲੋਕ ਪ੍ਰਲੋਕ ਭਾਵ ਹਰ ਥਾਂ ਵਿੱਚ ਮੈਨੂੰ ਛਡਾ ਲਵੇਗਾ। ਤਿਸ ਗੁਰ ਕਉ ਸਾ ਬਾਸ ਹੈ, ਜਿਨ ਹਰ ਸੋਝੀ ਪਾਈ। ਉਸ ਗੁਰੂ ਨੂੰ ਸਦਾ ਹੀ ਸਾਬਾਸ ਧੰਨ ਧੰਨ ਕਹਿਣਾ ਬਣਦਾ ਹੈ, ਜਿਸ ਗੁਰਾਂ ਨੇ ਅਧਿਕਾਰੀ ਸਿੱਖਾਂ ਨੂੰ ਪਰਮੇਸ਼ਰ ਦੀ ਸੋਝੀ ਸਮਝ ਪਾ ਦਿੱਤੀ ਹੈ। ਨਾਨਕ ਗੁਰ ਬਿਟ ਹੋ ਵਾਰਿਆ, ਜਿਨ ਹਰ ਨਾਮ ਦੀਆ, ਮੇਰੇ ਮਨ ਕੀ ਆਸ ਪੁਰਾਈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਗੁਰਾਂ ਦੇ ਉੱਪਰੋਂ ਵਾਰਿਆ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਦਿੱਤਾ ਹੈ, ਅਤੇ ਮੇਰੇ ਹਿਰਦੇ ਦੀ ਸਾਰੀ ਆਸ ਇੱਛਾ ਪੁਰਾਈ ਕਹੀਏ ਪੂਰੀ ਕੀਤੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।